ਨਾਂ ਸੀ ਅਬਿਰੋਜ਼ ਪ੍ਰੀਤ ਕੌਰ। ਕਾਫੀ ਐਕਟਿਵ ਬੇਟੀ ਸੀ, ਪੜ੍ਹਨ ਦੇ ਹੁਸ਼ਿਆਰ ਸੀਗੀ। ਬਸ ਇਹਦੀ ਇਹ ਕਿ ਮਦਰ ਪਹਿਲੀ ਜਿਹੜੀ ਉਹਨੂੰ ਛੱਡ ਕੇ ਜਾ ਚੁੱਕੀ ਸੀਗੀ, ਅਤੇ ਦੂਸਰੀ ਜਿਹੜੀ ਮਦਰ ਸਟੈਪ ਮਦਰ ਸੀ ਇਹਦੀ ਮਤਰੇਈ ਮਾਂ ਸੀ, ਉਹਨੂੰ ਲੈ ਕੇ ਮਤਲਬ ਕਲੇਸ਼ ਰਹਿੰਦਾ ਸੀ ਘਰ ਵਿੱਚ। ਦਾਦੀ ਜ਼ਿਆਦਾ ਕੇਅਰ ਜ਼ਿਆਦਾ ਇਹਦੀ ਦਾਦੀ ਕਰਦੀ ਸੀਗੀ, ਅਤੇ ਦਾਦੀ 10 ਕੁ ਦਿਨ ਤੋਂ ਬਿਮਾਰ ਸੀ, ਹੋਸਪਿਟਲ ਐਡਮਿਟ ਹੈ। ਦਾਦੀ ਛੱਡਣ ਵੀ ਆਉਂਦੀ ਸੀ, ਲੈਣ ਵੀ ਜਾਂਦੀ ਸੀ। ਈਵਨ ਕਿ ਜੇ ਮਤਲਬ ਸਕੂਲ ਟਾਈਮ ਦੇ ਵਿੱਚ ਵੀ ਉਹ 2-4 ਵਾਰੀ ਗੇੜੇ ਮਾਰਦੀ ਸੀ, ਕਦੀ ਪਾਣੀ ਦੀ ਬੋਤਲ ਦੇਣ ਆ ਗਈ, ਕਦੀ ਟਿਫਨ ਦੇਣ ਆ ਗਈ, ਮਤਲਬ ਆਨੇ ਬਾਨੇ ਉਹ ਸਕੂਲ 'ਚ ਉਹਦਾ ਧਿਆਨ ਬੇਟੀ ਦਾ ਰੱਖਦੀ ਸੀ ਆ ਕੇ। ਜਿਸ ਦਿਨ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦਿਨ ਦਾਦੀ ਕਿੱਥੇ ਸੀ? ਦਾਦੀ ਹੋਸਪਿਟਲ ਸੀ, ਐਡਮਿਟ ਸੀਗੇ। ਉਹ ICU 'ਚ ਲੱਗੇ ਹੋਏ ਆ, ਉਹ ਵੈਂਟੀਲੇਟਰ 'ਤੇ ਨੇ ਦਾਦੀ ਜੀ। ਉਹ ਇਸੇ ਚੀਜ਼ ਐਬਸੈਂਸ ਦਾ ਫਾਇਦਾ ਠਾ ਗਈ। ਉਹ ਲੇਡੀ ਉਹ ਕੁੜੀ ਨਾਲ ਸ਼ੁਰੂ ਤੋਂ ਹੀ ਲਾਕਡਾਊਨ ਥੋੜ੍ਹਾ ਰੱਖਦੀ ਸੀ, ਮਤਲਬ ਥੋੜ੍ਹਾ ਜਿਹਾ ਆਪਣਾਪਣ ਨਹੀਂ ਸੀ, ਮਤਲਬ ਆਪਣਾ ਨਹੀਂ ਸੀ ਬੇਟੀ ਨੂੰ ਸਮਝਦੀ, ਕੋਈ ਨਫ਼ਰਤ ਵਾਲੀ ਭਾਵਨਾ ਸੀ ਉਹਦੇ ਮਨ ਵਿੱਚ ਬੇਟੀ ਪ੍ਰਤੀ।